ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਨੀਆਂ ਸਾਰਿਆਂ ਨਾਲ ਜਿਹੜੀਆਂ ਆਪਣੀਆਂ ਪੈਸਟੀਸਾਈਡ ਜ ਦਵਾਈਆਂ ਨੇ ਇਹਨਾਂ ਵੀ ਪੈਸਟੀਸਾਈਡ ਜ ਦਵਾਈਆਂ ਨੇ ਵੀ ਇਹਨਾਂ ਦਾ ਇੱਕੇ ਟੈਕਨੀਕਲ ਕਿਸੇ ਹੋਰ ਕੰਪਨੀ ਦੇ ਵਿੱਚ ਸਸਤਾ ਮਿਲਦਾ ਤੇ ਦੂਜੇ ਹੋਰ ਕੰਪਨੀ ਦੇ ਵਿੱਚ ਮਹਗਾ ਮਿਲਦਾ ਵੀ ਇਹ ਕਿਉਂ ਮਿਲਦਾ ਇਹਦੇ ਬਾਰੇ ਗੱਲ ਕਰਨੀ ਆਪਾਂ ਨੇ ਵੀ ਇਹ ਸਸਤਾ ਮਹਗਾ ਕਿਉਂ ਹੁੰਦਾ ਫੋਰ ਐਗਜ਼ਾਮਪਲ ਜਿਵੇਂ ਆਪਾਂ ਪ੍ਰੋਪੀਕੋਨਾ ਜੋੜ ਲੈਨੇ ਆ ਟਿਲਟਾ ਪ੍ਰੋਪਿਕ ਉਹਨਾਂ ਜੋ ਜੇ ਸੰਜੇਟਾ ਦੀ ਲੈਣੇ ਆ ਤਾਂ ਹੋਰ ਰੇਟ ਦੀ ਮਿਲਦੀ ਆ ਡਾਮਾ ਦੀ ਲੈਣੇ ਆ ਹੋਰ ਰੇਟ ਦੀ ਮਿਲਦੀ ਆ ਵੀ ਇਹ ਕਿਉਂ ਕਿਉਂ ਮਿਲਦਾ ਇਹਦੀ ਗੱਲ ਕਰਨੀ ਆ ਆਪਾਂ ਨੇ ਤੁਹਾਨੂੰ ਸਾਰਾ ਕੁਝ ਦੱਸਾਂਗੇ ਵੀ ਇਹਦੇ ਵਿੱਚ ਕੀ ਚੱਕਰ ਹੁੰਦਾ ਕੀ ਨਾ ਇਹ ਗੱਲ ਵੀ ਤੇ ਐ ਹੁੰਦੀ ਐ ਵੀ ਜਿਹੜੇ ਵਿੱਚ ਸਿਲੈਕਸ਼ਨ ਬਣਦੇ ਹੁੰਦੇ ਨੇ ਨਾ ਇਹ ਦੋ ਪ੍ਰਕਾਰ ਚ ਬਣਦੇ ਹੁੰਦੇ ਨੇ ਇੱਕ ਇਧਰ ਲੈਫਟ ਹੈਂਡ ਸਾਈਡ ਇੱਕ ਇਧਰ ਰਾਈਟ ਹੈਂਡ ਸਾਈਡ ਬਣਨਾ ਜਿਹੜਾ ਰਾਈਟ ਹੈਂਡ ਸਾਈਡ ਆ ਉਹ ਪ੍ਰੋਡਕਟਸ ਹੁੰਦੀ ਆ ਕਿਸੇ ਵੀ ਚੀਜ਼ ਦੀ ਵਿਚਾਲੇ ਹੁੰਦਾ ਵਿਚੋਲਾ ਇਹਨੂੰ ਆਪਾਂ ਕਹਿੰਦੇ ਆ ਕੈਟਾਲਿਸਟ ਕੈਟਾਲਿਸਟ ਹੁੰਦਾ ਫੋਰ ਐਗਜ਼ਾਮਪਲ ਲਾ ਲਓ ਆਪਾਂ ਨੇ ਪਾਣੀ ਬਣਾਉਣਾ ਵੀ ਪਾਣੀ ਕਿਵੇਂ ਬਣੂਗਾ ਇੱਕ ਤਾਂ ਚਲੋ ਕੁਦਰਤੀ ਪਾਣੀ ਹੈਗਾ ਹੀ ਆਪਣੇ ਕੋਲੇ ਜੇ ਆਪਾਂ ਨੇ ਲੈਬ ਦੇ ਵਿੱਚ ਪਾਣੀ ਬਣਾਉਣਾ ਹੋਵੇ ਤੇ ਉਹ ਪਾਣੀ ਕਿਵੇਂ ਬਣਦਾ ਵੀ ਆਪਣੇ ਕੁਦਰਤੀ ਪਾਣੀ ਨਹੀਂ ਚੱਕਣਾ ਹੈਗਾ ਕੈਮੀਕਲ ਪਾਣੀ ਬਣਾਉਣਾ ਵੀ ਉਹ ਕਿਵੇਂ ਬਣੂਗਾ ਉਹ ਇਹਦੇ ਵਿੱਚ ਦੱਸੂਗਾ ਮੈਂ ਤੁਹਾਨੂੰ ਕਿ ਮੈ ਉਹਦੇ ਲਈ ਆਪਾਂ ਨੂੰ ਲੈਣੀ ਪਊਗੀ। ਦੋ ਹਾਈਡਰੋਜਨ ਗੈਸਾਂ ਲੈਣੀਆਂ ਪੈਣਗੀਆਂ। ਦੋ ਹਾਈਡਰੋਜਨ ਗੈਸਾਂ ਲੈਣੀਆਂ। ਚਾਹੇ ਇੱਕ ਲੈ ਲਓ। ਇਹਦਾ ਤੁਹਾਨੂੰ ਮੈਂ ਫੋਰ ਐਗਜ਼ਾਮਪਲ ਦੱਸ ਰਿਹਾ। ਆਹ ਹੋ ਗਈ ਗੈਸ। ਆਹ ਹੋ ਗਈ H2। ਇਹਦਾ ਸਿੰਬਲ ਆ ਗੈਸ ਦਾ ਹਾਈਡਰੋਜਨ ਗੈਸ ਦਾ। ਉਹ ਇੱਥੇ ਲਿਖ ਵੀ ਦਿੰਨੇ ਆ। ਹਾਈਡਰੋਜਨ। ਇਹ ਹਾਈਡਰੋਜਨ ਗੈਸ ਲੈ ਲਈ। ਪਲੱਸ ਆਕਸੀਜਨ ਲੈਣੀ ਪਊਗੀ ਵੀਰੇ ਜਿਹੜੀ ਆਪਾਂ ਆਕਸੀਜਨ ਨਾਲ ਸਾਹ ਲੈਂਦੇ ਆ ਨਾ ਉਹ ਆਕਸੀਜਨ ਲੈਣੀ ਪਊਗੀ ਯਾਨੀ ਕਿ ਆਪਾਂ ਇਹ ਆਕਸੀਜਨ ਨਹੀਂ ਲੈਣੀ ਜਿਹਦੇ ਨਾਲ ਸਾਹ ਲੈਂਦੇ ਆ ਜਿਹੜੀ ਲੈਬ ਦੇ ਵਿੱਚ ਪਈ ਹੁੰਦੀ ਆ ਸਿਲੰਡਰਾਂ ਦੇ ਵਿੱਚ ਬੰਦ ਹੁੰਦੀ ਆ ਉਹ ਆਕਸੀਜਨ ਲੈਣੀ ਆ ਉਹ ਹੋ ਗਈ O2 ਇਹ ਇਹਦਾ ਸਿੰਬਲ ਆ ਆਕਸੀਜਨ ਵੀ ਇੱਕ ਗੈਸ ਆ ਸਾਨੂੰ ਪਤਾ ਹੋਣਾ ਚਾਹੀਦਾ ਇਹ ਲਿਖ ਲਓ ਉਸ ਤੋਂ ਬਾਅਦ ਆਪਾਂ ਇਹ ਆ ਚੀਜ਼ ਕਰਤੀਆਂ ਜਿਹੜਾ ਤੀਰ ਲਾਇਆ ਇੱਕ ਤੀਰ ਨਹੀਂ ਹੈਗਾ ਸਮਝਾਉਣ ਵਾਸਤੇ ਇਹਨੂੰ ਤੁਸੀਂ ਇਹ ਤੀਰ ਆ ਜਿਹੜਾ ਤੀਰ ਨੂੰ ਐਂ ਵੀ ਦੇਖ ਸਕਦੇ ਹੋ ਇਹ ਜਿਹੜਾ ਤੀਰ ਹੈ ਨਾ ਇਹ ਸਿੰਬਲ ਆ ਸਿੰਬਲ ਕਹਾਦਾ ਇਹ ਆ ਚੀਜ਼ ਦਾ ਸਿੰਬਲ ਆ ਕੈਟਾਲਿਸਟ ਦਾ ਕੈਟਾਲਿਸਟ ਕੀ ਆ ਤੁਹਾਨੂੰ ਦੱਸਿਆ ਦੇਸੀ ਭਾਸ਼ਾ ਦੇ ਵਿੱਚ ਝਟਕਾ ਮੈਥਡ ਕੈਟਾਲਿਸਟ ਵਿਚੋਲਾ ਹੈ ਜਿਹੜਾ ਜਿਵੇਂ ਆਪਾਂ ਮੁੰਡੇ ਕੁੜੀ ਦਾ ਵਿਆਹ ਕਰਦੇ ਨਾ ਵਿਚਾਲੇ ਵਿਚੋਲਾ ਪਾ ਲੈਂਦੇ ਆ ਵੀ ਜਿਹੜਾ ਮੁੰਡੇ ਦੇ ਮੁੰਡੇ ਵਾਲਿਆਂ ਦੇ ਘਰਾਂ ਨਾਲ ਤੇ ਕੁੜੀ ਵਾਲੇ ਦੇ ਘਰਾਂ ਨਾਲ ਆਪਣਾ ਤਾਲ ਮੇਲ ਬਣਾ ਕੇ ਰਿਸ਼ਤਾ ਸਿਰੇ ਚੜਦਾ ਉਹ ਬਚੋਲਾ ਹੁੰਦਾ ਉਹ ਕਿਹਨੇ ਕੈਟਾਲਿਸਟ ਦਾ ਕੰਮ ਕੀਨੇ ਕੀ ਕਰਨਾ ਇਸ ਨੂੰ ਗਾਹਾਂ ਕਰਨਾ ਇਸ ਨੂੰ ਇਹ ਕੀ ਹੋਊਗਾ ਵੀਰੇ ਅੱਗੇ ਅੱਗੇ ਇਹ ਹੋਊਗਾ ਅੱਗੇ ਆਹ ਬਣ ਗਿਆ ਇਹ ਕੀ ਬਣ ਗਿਆ ਇਹ ਪਾਣੀ ਬਣ ਗਿਆ ਵਾਟਰ ਵੀ ਲੈਬ ਦੇ ਵਿੱਚ ਪਾਣੀ ਕਿਵੇਂ ਬਣਦਾ ਇਹ ਤੁਹਾਨੂੰ ਮੈਂ ਫੌਰ ਐਗਜ਼ਾਮਪਲ ਦੱਸਿਆ ਵੀ ਇਹ ਪਾਣੀ ਬਣ ਗਿਆ ਆਪਣੇ ਲੈਬ ਇਹ ਇੱਕ ਪਾਣੀ ਹੈ ਜਿਹਦੇ ਉੱਤੇ ਆਹ ਗੋਲ ਖਿਚਰਾ ਲਾਇਆ ਆਹ ਮੂਰੇ ਦਾ ਮਤਲਬ ਹੋ ਗਿਆ ਦੋ ਪਾਣੀ ਬਣ ਗਏ ਮੂਰੇ ਦੋ ਲਾਇਆ हो गया ਆਪਣੇ ਉਹਦੇ ਮੂਰੇ 2 ਲਿਆ ਹੋਇਆ ਜੇ ਇੱਥੇ ਆਪਾਂ ਇਹ 2 ਨਹੀਂ ਲੈਣਾ 1 ਲੈਣਾ ਤਾਂ 1 ਵੀ ਬਣ ਜਾਊਗਾ ਇਦਾਂ ਪਰ ਉਹਦੇ ਲਈ ਫਿਰ ਆਹ 1/2 ਜਿਹੜੀ 1/2 ਲੈਣੀ ਪਊਗੀ ਇਹ ਹੁਣ 2 ਇਹ ਸੇ ਬਣਾਈਆਂ ਇੰਨੀ ਲੈਣੀ ਪੈਂਦੀ ਹੁੰਦੀ ਆ ਤਾਂ ਕਰਕੇ ਮੈਂ 2 ਲੈਤੀ ਪਹਿਲਾਂ ਇਹ 2 ਪਾਣੀ ਬਣ ਗਿਆ ਹੁਣ ਇਹ ਵਾਟਰ ਬਣ ਗਿਆ ਇਹ ਕੀ ਚੀਜ਼ ਆ ਇਹ ਪ੍ਰੋਡਕਟ ਆ ਆਪਣਾ ਇਹ ਆਪਣੀ ਬਣ ਗਈ ਚੀਜ਼ ਤਿਆਰ ਹੋ ਗਈ ਪ੍ਰੋਡਕਟ ਆ ਕੀ ਦੀ ਸਹਾਇਤਾ ਨਾਲ ਬਣੀ ਆ ਕੈਟਾਲਿਸਟ ਨਾਲ ਬਣੀ ਆ ਤੁਸੀਂ ਇੱਕ ਹੋਰ ਗੱਲ ਦੇਖੀ ਹੋਊਗੀ ਵੀ ਇਹ ਸਾਰਿਆਂ ਨੇ ਆਪਣਾ ਜਿਵੇਂ ਮੰਨ ਲਓ ਪ੍ਰੋਪੀਕੋਨਾ ਸਾਲਟ ਆ ਪ੍ਰੋਪੀਕੋਨਾ ਸਾਲਟ ਨੂੰ ਆਪਾਂ ਲਿਖ ਦਨੇ ਆ ਪ੍ਰੋਪੀਕੋਨਾ ਜੋੜ ਸਾਲਟ ਆ ਜਦੋਂ ਕਿਹੜੀ ਆਪਾਂ ਦੇ ਵਿੱਚ ਇੱਕ ਪੱਤਰਕਾਣੀ ਨਿਕਲਦੀ ਹੁੰਦੀ ਜਾਂ ਬੋਤਲ ਦੇ ਮਗਰਲੇ ਪਾਸੇ ਇੱਕ ਚੀਜ਼ ਦੇਖੀ ਹੋਊਗੀ ਉਹ ਜੋ ਪ੍ਰੋਪੀਕੋਨਾ ਸਾਲਟ ਲਿਖਿਆ ਹੁੰਦਾ ਵੀ ਐਨੇ ਪਰਸੈਂਟ 25% ਇਹ ਆਪਾਂ ਨੂੰ ਲਿਖਤਾ ਤੇ 25% ਸਾਲਟ ਪ੍ਰੋਪੀਕੋਨਾ ਹੋ ਗਿਆ ਪਰਸੈਂਟੇਜ ਕਿੰਨੀ ਹੁੰਦੀ ਆ ਸੋ 100% ਹੁਣ ਕਹਿੰਦੇ ਪਿੱਛੇ 25% ਆ ਪ੍ਰੋਪੀਕੋਨਾ ਸਾਲਟ ਦਾ ਬਾਕੀ ਹੁਣ 75% ਕੀ ਚੀਜ਼ਾਂ ਨੇ ਹੋਰ ਚੀਜ਼ਾਂ ਨੇ ਕਿਹੜੀਆਂ 75 ਉਹ ਐ ਲਿਖੀਆਂ ਹੁੰਦੀਆਂ ਨੇ ਨਾ ਵੀ ਕੋਈ ਸੋਡੀਅਮ ਹੋਵੇ ਜਾਂ ਮਥਾਇਲ ਮਥੂਲ ਹੋਰ ਕੁਸੇ ਨੇ ਤਾਂ ਕਲਿਸ਼ੇ ਹੁੰਦੇ ਨੇ ਵੀ ਐਨੇ ਐਨੇ ਪਰਸੈਂਟ ਉਹ ਸਾਰੀਆਂ ਚੀਜ਼ਾਂ ਪੂਰੀਆਂ ਕਰਕੇ 100% ਪੂਰਾ ਕਰਿਆ ਹੁੰਦਾ ਕੁਝ ਚੀਜ਼ਾਂ ਜਿਹੜੀਆਂ ਦੱਸਣ ਵਾਲੀਆਂ ਹੁੰਦੀਆਂ ਨੇ ਉਹ ਦੱਸ ਦਿੰਦੇ ਨੇ ਕੁਝ ਨਹੀਂ ਵੀ ਦੱਸਣ ਵਾਲੀਆਂ ਹੁੰਦੀਆਂ ਨੇ ਐਕਸਟਰਾ ਚੀਜ਼ਾਂ ਵਿੱਚ ਮਿਕਸ ਕੀਤੀ ਹੁੰਦੀਆਂ ਉਹ ਨਹੀਂ ਵੀ ਦੱਸਦੇ ਪਰ 100% ਬਣਾ ਕੋਈ ਚੀਜ਼ ਪੋਸੀਬਲ ਨਹੀਂ ਵੀ ਬਣ ਜੂਗੀ 60% ਬਣਨੀ ਆ 25% ਕੋਨਾ ਜਿਹੜਾ ਕੁਝ ਹੋਰ ਆ ਤੇ ਜਿਹੜੀਆਂ ਆ ਚੀਜ਼ਾਂ ਨੇ ਹੋਰ 25% ਤੱਕ ਉਹਨਾ ਆ ਸਾਲਟ ਹੈਗੇ ਆ ਪ੍ਰੋਪੀ ਕੋਨਾ ਜਿਹੜਾ ਜਿਹੜੀਆਂ ਬਾਕੀ ਆ ਚੀਜ਼ਾਂ ਨੇ ਇਹ ਚੀਜ਼ਾਂ ਨੂੰ ਇਹਦੇ ਨਾਲ ਮਿਲਾਉਣ ਵਾਸਤੇ ਆ ਚੀਜ਼ਾਂ ਨੂੰ ਯਾਨੀ ਕਿ ਸਾਰਿਆਂ ਨੂੰ ਇੱਕ ਦੂਜੇ 'ਚ ਮਿਲਾ ਕੇ ਆਹ ਬਣਾਉਣ ਵਾਸਤੇ ਕਿਹਦੀ ਲੋੜ ਪੈਂਦੀ ਆ ਕੈਟਾਲਿਸਟ ਦੀ ਇਹ ਕੈਟਾਲਿਸਟ ਕੀ ਆ ਬਚੋਲਾ ਜੇ ਬਚੋਲਾ ਵਧੀਆ ਹੋਊਗਾ ਜਿਆਦਾ ਗੱਲਾਂ ਮਾਰਦਾ ਹੋਊਗਾ ਮਾੜਾ ਰਿਸ਼ਤਾ ਵੀ ਕਰਾ ਦੂਗਾ ਯਾਨੀ ਕਿ ਮਾੜਾ ਜਿਹਨਾਂ ਦੇ ਜਿਹਨਾਂ ਨੂੰ ਰਿਸ਼ਤਾ ਹੁੰਦਾ ਨਹੀਂ ਜਿਹੜੇ ਮੁੰਡਿਆਂ ਨੂੰ दारू-ਦੂਰੂ ਪੀਂਦੇ ਨੇ ਨਸ਼ਾ ਕਰਦੇ ਨੇ ਉਹਨਾਂ ਨੂੰ ਵੀ ਰਿਸ਼ਤਾ ਕਰਾਉਂਦਾ ਹੋ ਜਿਹੜਾ ਵਿਚੋਲਾ ਵਧੀਆ ਹੋਊਗਾ ਜਿਹੜਾ ਵਿਚੋਲਾ ਵਿਚਾਰਾ ਠੀਕ ਠਾਕ ਹੋਊਗਾ ਉਹ ਵਿਚੋਲਾ ਰਿਸ਼ਤਾ ਕਰਾ ਨਹੀਂ ਸਕਦਾ ਉਹ ਵਧੀਆ ਰਿਸ਼ਤੀ ਕਰਾ ਸਕਦਾ ਇਸ ਕਰਕੇ ਯਾਨੀ ਕੀ ਇਹਦਾ ਕਹਿਣ ਦਾ ਮਤਲਬ ਆ ਜਿਹੜੀਆਂ ਆਪਾਂ ਦਵਾਈਆਂ ਲੈ ਲੈਣੀਆਂ ਵੀ ਜੀ ਇੱਕ ਪ੍ਰੋਪੀਕੋਨਾ ਜਿਹੜਾ ਸਾਲਟ ਆ ਜਿਹੜਾ ਅੜਾਮਾ ਦਾ ਉਹਦਾ 900 ਦਾ ਹੈ ਜਿਹੜਾ ਸੰਝੇਟਾ ਦਾ ਉਹ 560 ਦਾ ਹੈ ਜਾਂ 600 ਦਾ ਜਾਂ ਸੋਮੀਟੋਮੂ ਦਾ 600 ਦਾ ਇਹ ਕੀ ਚੱਕਰਾ ਚੀਜ਼ ਤੱਕ ਗਿਆ ਵੀ ਆਪਾਂ 560 ਵਾਲੀ ਪਾ ਲਓ ਇਹ ਗੱਲ ਨਹੀਂ ਵੀਰੇ ਜਿਹਦੇ ਚ ਕੈਟਾਲਿਸਟ ਵਧੀਆ ਹੋਊਗਾ ਉਹ ਮਹਿੰਗਾ ਹੀ ਹੋਊਗਾ ਜਿਹੇ ਵਧੀਆ ਹੋਊਗਾ ਉਹਦੀ ਵਰਕਿੰਗ ਆ ਜਿਹੜੀ ਉਹ ਵਰਕਿੰਗ ਕਿਵੇਂ ਕਰਦੀ ਆ ਦਵਾਈ ਉਹਨੀ ਹੀ ਵਧੀਆ ਕਰੂਗੀ ਉਹ ਖੋਲੂਗੀ ਵੀ ਵਧੀਆ ਖੋਲਣ ਸ਼ਕਤੀ ਵੀ ਉਹਦੀ ਜ਼ਿਆਦਾ ਹੋਊਗੀ ਜਿਹੜੀ ਆਪਾਂ ਖੋਲਣੀ ਆ ਦਵਾਈ ਕੋਲ ਸਾਖਤੀ ਜ਼ਿਆਦਾ ਹੋਊਗੀ ਸਾਰਾ ਕੁਝ ਜ਼ਿਆਦਾ ਹੋਊਗਾ ਉਹਦਾ ਰਿਜ਼ਲਟ ਵੀ ਜ਼ਿਆਦਾ ਦਊਗਾ ਸੇਤੀ ਦਊਗਾ ਇਹ ਚੀਜ਼ਾਂ ਦਾ ਫਰਕ ਪੈਂਦਾ ਯਾਨੀ ਕਿ ਹੁਣ ਤੁਸੀਂ ਸਾਰਾ ਕਨਸੈਪਟ ਸਮਝ ਗਏ ਹੋਵੋਗੇ ਜੇ ਹਜੇ ਵੀ ਮੇਰੇ ਵੀਰੇ ਕੋਲੇ ਕਿਸੇ ਕੋਲੇ ਕੋਈ ਇਤਰਾਜ ਆ ਜਾਂ ਕੋਈ ਸਵਾਲ ਆ ਤਾਂ ਕਮੈਂਟ ਬਾਕਸ ਦੇ ਕਰਕੇ ਪੁੱਛ ਸਕਦਾ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਸਾਲਟ ਸੇਮ ਇੱਕ ਇੱਕ ਲਾ ਪੱਖ-ਵੱਖ ਕੰਪਨੀਆਂ ਦੇ ਮਿਲ ਜਾਂਦੇ ਹੁੰਦੇ ਨੇ ਇੱਕ ਕੰਪਨੀ ਹੁੰਦੀ ਹੈ ਜਿਹਨੇ ਖੋਜ ਕੀਤੀ ਆ ਵੀ ਜਿਹਨੇ ਹੁਣ ਭਈਆ ਖੋਜ ਕੀਤੀ ਉਹ ਮਹਿੰਗਾ ਦੇ ਰਿਆ ਦੂਜਿਆਂ ਨੂੰ ਉਹਨੇ ਸਾਲਟ ਵੇਚਦਾ ਉਹ ਸਾਸਤਾ ਦੇ ਰਿਹਾ ਜਾਂ ਜਿਹਨੂੰ ਸਾਲਟ ਵੇਚਿਆ ਉਹ ਉਹਦੇ ਨਾਲੋਂ ਵੀ ਮਹਿੰਗਾ ਦੇ ਰਿਹਾ ਜਿਹਨੇ ਖੋਜ ਕੀਤੀ ਆ ਕਿਉਂਕਿ ਉਹਨੇ ਕੈਟਾਲਿਸਟ ਆ ਜਿਹੜਾ ਆ ਚੀਜ਼ ਆ ਇਹ ਸਭ ਤੋਂ ਮਹਿੰਗੀ ਵਰਤੀ ਹੁੰਦੀ ਆ ਜਿਹੜੇ ਇਹ ਮਹਿੰਗੀ ਵਰਤੂਗਾ ਵਧੀਆ ਵਰਤੂਗਾ ਆਪੇ ਰੇਟ ਵੱਧ ਹੋਊਗਾ ਜਦ ਦਵਾਈ ਦਾ ਰੇਟ ਵੱਧ ਹੋਊਗਾ ਉਹ ਕੰਮ ਵੀ ਵੱਧ ਕਰੂਗੀ ਘੋਲਣ ਸ਼ਕਤੀ ਵੀ ਵਧੀਆ ਹੋਊਗੀ ਉਹ ਦੂਜੀਆਂ ਦਵਾਈਆਂ ਨਾਲ ਮਿਕਸ ਕਰਨ ਦੇ ਵਿੱਚ ਵੀ ਆਸਾਨ ਰਹੂਗੀ ਇਹ ਗੱਲਾਂ ਦਾ ਇਹ ਇਫੈਕਟ ਹੁੰਦੇ ਨੇ ਇਹ ਉਹ ਹੀ ਨਹੀਂ ਹੈਗੀਆਂ ਕੰਪਨੀ ਵਾਲੇ ਕਾਮਲੇ ਨਹੀਂ ਹੈਗੇ ਬਹੁਤ ਬੰਦੇ ਵਿੱਚ ਗਮਰਾਹ ਕਰ ਰਹੇ ਨੇ ਵੇ ਤੁਸੀਂ ਸਾਲਟ ਲੈ ਲਓ ਕਿਹੜੀ ਮਰਜੀ ਸਾਲਟ ਲੈ ਲਓ ਸਾਲਟ ਦਾ ਕੰਮ ਕਰਨ ਦਾ ਫਰਕ ਵੀ ਹੁੰਦਾ ਤਾਂ ਹੀ ਕੰਪਨੀ ਜਾਂ ਕੰਪਨੀ ਨੂੰ ਕੀ ਲੋੜ ਹੈ ਇੱਕ ਕੰਪਨੀ ਆਪਦਾ ਪ੍ਰੋਡਕਟ 3400 ਦਾ ਵੇਚ ਰਹੀ ਆ ਇੱਕ ਕੰਪਨੀ 2800 ਦਾ ਵੇਚ ਰਹੀ ਆ ਕੰਪਨੀ ਨੂੰ 3400 ਵਾਲੇ ਨੂੰ ਪਤਾ ਹੈਗਾ ਵੀ ਮੇਰਾ 3400 ਦਾ ਵਿਕਣਾ ਨਹੀਂ ਵੀ 2800 ਵਾਲਾ ਮਾਰਕੀਟ ਚ ਪਿਆ ਵੀ ਮਾਰਕੀਟ ਆਲਾ ਵੇਖੂਗਾ ਕੰਪਨੀ ਨੂੰ ਵੀ ਇਹ ਗੱਲ ਦਾ ਪਤਾ ਕੰਪਨੀ ਘਾਟਾ ਕਿਉਂ ਖਾਊਗੀ ਪਰ ਕੰਪਨੀ ਨੂੰ ਇਹ ਗੱਲ ਦਾ ਵੀ ਪਤਾ ਵੀ ਜਿਹੜਾ ਮੇਰਾ 3400 ਵਾਲਾ ਉਹਦੇ ਵਿੱਚ ਮੇਰਾ ਮਹਿੰਗਾ ਕੈਟਾਲਿਸਟ ਪਾਇਆ ਹੋਇਆ ਮਹਿੰਗਾ ਵਿਚੋਲਾ ਰੱਖਿਆ ਹੋਇਆ ਵਿਊ ਕੰਮ ਵੀ ਸਾਡਾ ਵੱਧ ਕਰੂਗਾ ਜਾਂ ਵੱਧ ਕੰਮ ਕਰੂਗਾ ਸਾਡੀ ਦਵਾਈ ਵੱਧ बिकੂਗੀ ਇਸ ਗੱਲ ਕਰਕੇ ਉਹਨਾਂ ਦਾ ਰੇਟ ਵੱਧ ਰੱਖਿਆ ਹੁੰਦਾ ਨਹੀਂ ਘਾਟਾ ਖਾਣ ਨੂੰ ਕੌਣ ਬੈਠਾ ਹਾਂਜੀ ਇੰਨਾ ਹੀ ਕਨਸੈਪਟ ਦੀ ਹੈ ਧੰਨਵਾਦ ਜੀ ਜੇ ਕੋਈ ਵੀ ਸਵਾਲ ਮੇਰੇ ਵੀਰ ਦਾ ਕੋਈ ਵੀ ਹੋਵੇ ਕੋਈ ਵੀ ਸਵਾਲ ਕੋਈ ਵੀ ਡਾਊਟ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰੋ ਧੰਨਵਾਦ ਜੀ